PNB ਬੈਂਕ ਦਸੂਆ ਦੇ ਵਿੱਚ ਅਮੋਲਕ ਸਿੰਘ 60,000 ਰੁਪਇਆ ਕਢਾਉਣ ਵਾਸਤੇ ਆਇਆ ਸੀਗਾ। ਕੋਈ 55 ਸਾਲ ਦੀ ਉਮਰ ਤੇ ਕੁੜਤਾ ਪਜਾਮਾ ਪਾਇਆ ਤੇ ਪੱਗ ਬੰਨ੍ਹੀ ਸਿਰ ਤੇ, ਉਹ ਜਦੋਂ ਉਹਨੇ ਆਪਣਾ 60,000 ਰੁਪਇਆ ਕਢਾ ਕੇ ਤੇ 50,000 ਰੁਪਇਆ ਖੀਸੇ 'ਚ ਪਾ ਲਿਆ ਤੇ 10,000 ਰੁਪਇਆ ਅੰਦਰ ਜੇਬ 'ਚ ਪਾ ਲਿਆ ਸੀ। ਤੇ ਮੁੜ ਕੇ ਥੋੜ੍ਹੇ ਚਿਰ ਬਾਅਦ ਜਦੋਂ ਉਹ ਬਾਹਰ ਜਾ ਕੇ ਨਿਕਲ ਕੇ ਉਹਨੇ ਦੇਖਿਆ ਤੇ ਖੀਸੇ 'ਚ ਪੈਸੇ ਨਹੀਂ ਸੀਗੇ ਉਹਦੇ। ਚਾਰ ਲੇਡੀਜ਼ ਬੈਂਕ ਦੇ ਵਿੱਚ ਹੁੰਦੀਆਂ, ਦੋ ਲੇਡੀਜ਼ ਉਹਦੇ ਵਿੱਚ ਵੱਜਦੀਆਂ ਜੀ। ਫਿਰ ਇਸ ਗੱਲ ਦੀ ਸਮਝ ਲੱਗੀ ਵੀ ਜਿਹੜਾ ਉਹ ਲੇਡੀ ਨੇ ਉਹਦੇ ਖੀਸੇ 'ਚੋਂ ਪੈਸੇ ਕੱਢੇ। ਇੱਕ ਆਟੋ ਰਿਕਸ਼ਾ ਸਾਹਮਣੇ ਆਉਂਦਾ ਜੀ, ਜੀ ਐਸ ਆਟੋ 'ਚੋਂ ਆਈਆਂ ਸੀਗੀਆਂ ਜੀ। ਇਹ 6 ਲੇਡੀਜ਼ ਜਿਹੜੀਆਂ ਕੱਲ੍ਹ ਗ੍ਰਿਫਤਾਰ ਕੀਤੀਆਂ, ਇਹ 6 ਦੀਆਂ 6 ਹੀ ਲੇਡੀਜ਼ ਜਿਹੜੀਆਂ ਮੱਧ ਪ੍ਰਦੇਸ਼ ਨੂੰ ਬਿਲੋਂਗ ਕਰਦੀਆਂ ਜੀ। ਜਲੰਧਰ ਇਹ ਵੱਖ ਵੱਖ ਜਗ੍ਹਾ 'ਤੇ 10 ਦਿਨ ਕਿਤੇ, 10 ਦਿਨ ਕਿਤੇ, 10 ਦਿਨ ਕਿਤੇ ਇੱਦਾਂ ਕਿਰਾਏ 'ਤੇ ਰਹਿੰਦੀਆਂ। ਇਹ ਨਾ 21/9/22 ਨੂੰ PNB ਬੈਂਕ ਦਸੂਆ ਦੇ ਵਿੱਚ ਅਮੋਲਕ ਸਿੰਘ ਵਾਸੀ ਸ੍ਰੀਪੁਰ 60,000 ਰੁਪਇਆ ਕਢਾਉਣ ਵਾਸਤੇ ਆਇਆ ਸੀਗਾ। ਕੋਈ 55 ਸਾਲ ਦੀ ਉਮਰ ਤੇ ਕੁੜਤਾ ਪਜਾਮਾ ਪਾਇਆ ਤੇ ਪੱਗ ਬੰਨ੍ਹੀ ਸਿਰ ਤੇ, ਉਹ ਜਦੋਂ ਉਹਨੇ ਆਪਣਾ 60,000 ਰੁਪਇਆ ਕਢਾ ਕੇ ਤੇ 50,000 ਰੁਪਇਆ ਖੀਸੇ 'ਚ ਪਾ ਲਿਆ ਤੇ 10,000 ਰੁਪਇਆ ਅੰਦਰ ਜੇਬ 'ਚ ਪਾ ਲਿਆ ਸੀ। ਤੇ ਮੁੜ ਕੇ ਥੋੜ੍ਹੇ ਚਿਰ ਬਾਅਦ ਜਦੋਂ ਉਹ ਬਾਹਰ ਜਾ ਕੇ ਨਿਕਲ ਕੇ ਉਹਨੇ ਦੇਖਿਆ ਤੇ ਖੀਸੇ 'ਚ ਪੈਸੇ ਨਹੀਂ ਸੀਗੇ ਉਹਦੇ, ਜਿਹੜਾ 50,000 ਰੁਪਇਆ ਸੀਗਾ ਜੀ। ਉਹਨੇ ਆਸਾ ਪਾਸਾ ਉੱਥੇ ਕੁਛ ਦੇਖਿਆ, ਆਵਾਜ਼ ਕੀਤਾ ਨਹੀਂ ਪਤਾ ਲੱਗਾ ਤੇ ਪੁਲਿਸ ਸਟੇਸ਼ਨ ਇੰਸਪੈਕਟਰ ਬਿਕਰਮਜੀਤ ਸਿੰਘ ਉਹਨਾਂ ਕੋਲ ਆਇਆ। ਇਹਨਾਂ ਨੇ ਜਾ ਕੇ ਜਿਹੜੀ ਉਹਦੀ ਆ ਕਾਰਵਾਈ ਅਮਲ 'ਚ ਲਿਆ ਕੇ ਤੇ ਪ੍ਰੋਪਰ ਤੇ ਮੁੜ ਕੇ CCTV ਫੁਟੇਜ ਦੀ ਮਦਦ ਦੇ ਨਾਲ ਜਿਹੜਾ ਆ ਉੱਥੇ ਇੱਕ ਅੰਦਰ ਦੇਖਿਆ ਵੀ ਕੀ ਵਾਕਿਆ ਹੋਇਆ। ਤੇ ਚਾਰ ਲੇਡੀਜ਼ ਬੈਂਕ ਦੇ ਵਿੱਚ ਹੁੰਦੀਆਂ, ਦੋ ਲੇਡੀਜ਼ ਉਹਦੇ ਵਿੱਚ ਵੱਜਦੀਆਂ ਜੀ। ਫਿਰ ਇਸ ਗੱਲ ਦੀ ਸਮਝ ਲੱਗੀ ਵੀ ਜਿਹੜਾ ਉਹ ਲੇਡੀ ਨੇ ਉਹਦੇ ਖੀਸੇ 'ਚੋਂ ਪੈਸੇ ਕੱਢੇ, ਜੋ ਸਾਨੂੰ ਲੱਗਾ। ਠੀਕ ਹੈ ਜੀ। ਉਹ ਮਿਹਨਤ ਕਰਦਿਆਂ 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 ਇੱਕ ਆਟੋ ਰਿਕਸ਼ਾ ਸਾਹਮਣੇ ਆਉਂਦਾ ਜੀ, GS ਆਟੋ 'ਚੋਂ ਆਈਆਂ ਸੀਗੀਆਂ ਜੀ। ਉਸ ਆਟੋ ਤੋਂ ਮਿਹਨਤ ਕਰਦਿਆਂ ਕਰਦਿਆਂ ਇੰਸਪੈਕਟਰ ਬਿਕਰਮਜੀਤ ਸਿੰਘ ਉਹਨਾਂ ਨੇ ਇਹ 6 ਲੇਡੀਜ਼ ਜਿਹੜੀਆਂ ਕੱਲ੍ਹ ਗ੍ਰਿਫਤਾਰ ਕੀਤੀਆਂ, ਇਹ 6 ਦੀਆਂ 6 ਹੀ ਲੇਡੀਜ਼ ਜਿਹੜੀਆਂ ਮੱਧ ਪ੍ਰਦੇਸ਼ ਨੂੰ ਬਿਲੋਂਗ ਕਰਦੀਆਂ ਜੀ। ਜਲੰਧਰ ਇਹ ਵੱਖ ਵੱਖ ਜਗ੍ਹਾ 'ਤੇ 10 ਦਿਨ ਕਿਤੇ, 10 ਦਿਨ ਕਿਤੇ, 10 ਦਿਨ ਕਿਤੇ ਇੱਦਾਂ ਕਿਰਾਏ 'ਤੇ ਰਹਿੰਦੀਆਂ। 10 ਦਿਨ ਰਹਿ ਕੇ ਵੀ ਉਹ ਜਗ੍ਹਾ ਛੱਡ ਜਾਂਦੀਆਂ। ਅਤੇ ਇਹਨਾਂ ਨੂੰ 6 ਲੇਡੀਜ਼ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਜੀ। ਉਹ ਆਟੋ ਵਾਲਾ ਫੜਿਆ, ਆਟੋ ਵਾਲੇ ਦੀ ਵੀ ਗ੍ਰਿਫਤਾਰੀ ਪਾਈ ਅਤੇ ਆਟੋ ਰਿਕਵਰ ਕੀਤਾ। ਅਤੇ ਇਹਨਾਂ ਲੇਡੀਜ਼ ਕੋਲੋਂ ਹੁਣ ਤੱਕ ਜਿਹੜੀ ਸਾਨੂੰ 50,000 ਰੁਪਇਆ ਖੋਹ ਹੋਇਆ ਸੀਗਾ, 15,000 ਰੁਪਏ ਦੀ ਰਿਕਵਰੀ ਹੋਈ ਹਲੇ। ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਦਾ ਜਿਹੜਾ ਪੁਲਿਸ ਰਿਮਾਂਡ ਹਾਸਲ ਕੀਤਾ 2 ਦਿਨ ਦਾ। ਔਰ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਆ, ਨਵੇਂ ਸ਼ਹਿਰ ਨਕੋਦਰ ਜਲੰਧਰ ਦੇ ਆਸ ਪਾਸ ਕੋਈ ਜਲੰਧਰ ਤੋਂ 50 ਕਿਲੋਮੀਟਰ 30 ਕਿਲੋਮੀਟਰ ਡੇਲੀ ਆਟੋ ਰਿਕਸ਼ਾ ਕਰਕੇ ਇੱਥੋਂ ਜਲੰਧਰੋਂ ਜਾਂਦੀਆਂ ਸੀਗੀਆਂ। ਇਹ ਨਵੇਂ ਸ਼ਹਿਰ ਅੰਮ੍ਰਿਤਸਰ ਨਕੋਦਰ ਆਸ ਪਾਸ ਜਿੱਦਾਂ ਮਕੇਰੀਆਂ ਹੋ ਗਿਆ ਗੇ, ਦਸੂਆ ਹੋ ਗਿਆ ਜੀ, ਜਗ੍ਹਾ 'ਤੇ ਇਹਨਾਂ ਨੇ ਕਾਫੀ ਇੱਦਾਂ ਦੀਆਂ ਵਾਰਦਾਤਾਂ ਜਿਹੜੀਆਂ ਆ ਸਾਹਮਣੇ ਆਈਆਂ ਕੀਤੀਆਂ ਹੋਈਆਂ। ਉਹ ਅਸੀਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸੰਪਰਕ ਕਰ ਰਹੇ ਹਾਂ, ਆਪਣਾ ਅਸੀਂ ਤੁਹਾਡੇ ਜ਼ਰੀਏ ਇਹ ਵੀ ਦੱਸ ਰਹੇ ਹਾਂ ਵੀ ਜਦੋਂ ਜਿੱਥੇ ਕਿਤੇ ਵੀ ਇਹੋ ਜਿਹੀ ਵਾਰਦਾਤ ਹੋਈ ਹੋਵੇ ਸਾਡੇ ਨਾਲ ਸੰਪਰਕ ਕਰਨ। ਅਤੇ ਇਹ ਜਿਹੜੀ ਅਸੀਂ ਇਸ ਤਰ੍ਹਾਂ ਜਿਹੜੀ ਆ ਮਿਹਨਤ ਕਰਕੇ ਇੰਸਪੈਕਟਰ ਬਿਕਰਮਜੀਤ ਸਿੰਘ ਅਤੇ ਇਹਨਾਂ ਦੀ ਟੀਮ ਨੇ ਇੱਕ ਦਿਨ ਦੇ ਵਿੱਚ ਜਿਹੜਾ ਇਹ ਬਕੂਆ ਟਰੇਸ ਕਰਕੇ ਅਤੇ ਇਹਨਾਂ ਨੂੰ 6 ਲੇਡੀ ਨੂੰ ਗ੍ਰਿਫਤਾਰ ਕੀਤਾ ਜੀ। ਸਰ ਕਿੱਥੋਂ ਗ੍ਰਿਫਤਾਰ ਕੀਤਾ ਗਿਆ? ਇਹਨਾਂ ਨੂੰ ਅਸੀਂ ਹੌਲੀ ਹੌਲੀ ਆਪਣੇ ਜਿਹੜਾ ਹਿਊਮਨ ਸੋਰਸਿਸ ਦੇ ਜ਼ਰੀਏ, ਕੁਛ ਟੈਕਨੀਕਲ ਜ਼ਰੀਏ ਅਤੇ ਆਪਣੇ ਜਲੰਧਰ ਤੋਂ ਜਿਹੜਾ ਆ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜੀ। ਇਹਨਾਂ ਨੂੰ ਜੈਂਟਸ ਇਹਨਾਂ ਦੇ ਨਾਲ ਇੱਕ ਜਿਹੜਾ ਆਟੋ ਵਾਲਾ ਜੀ, ਉਹ ਨਹੀਂ ਹੋਰ ਜੈਂਟਸ ਨਹੀਂ ਹਲੇ ਕੋਈ ਸਾਹਮਣੇ ਆਇਆ। ਅਤੇ ਲੇਡੀਜ਼ ਹੈਗੀਆਂ 6, ਇਹਨਾਂ ਦੇ ਗਰੁੱਪ ਦੀਆਂ ਕੁਛ ਪਤਾ ਲੱਗਾ ਸਾਨੂੰ ਹੋ ਰਿਹਾ, ਪਰ ਸਾਡੇ ਇੱਥੇ ਇਹ ਆਈਆਂ ਸੀਗੀਆਂ, ਇੰਨੀਆਂ ਲੇਡੀਜ਼ ਅਸੀਂ ਗ੍ਰਿਫਤਾਰ ਕਰਨੀਆਂ ਜੀ। ਠੀਕ ਹੈ।